ਆਸਣ ਹੋ ਆਪਾਨੀ ਅੰਬਾਨੀ ਵੇਲੇ ਗੇਟ ਬਣਾਗੇ ਮੋਦੀ ਤੱਕ ਭਾਵੇਂ ਅਪਰੋਚ ਰੱਖੀਐ ਹੋਵੇ ਨਾ ਜਾਂ ਹੋਵੇ ਤਾਂ ਉਹਦੀ ਮਰਜ਼ੀ ਆਪਣੇ ਵੱਲੋਂ ਤਾਂ ਪੂਰੀ ਸੋਚ ਰੱਖੀਐ ਹੋ ਅੱਗ ਨਾ ਪਾਣੀ ਨੀ ਕਦੇ ਮਿਲ ਸਕਦਾ ਅੱਖਾਂ ਚ ਲੁਕੋ ਕੇ ਦੋਨੋਂ ਰੱਖੇ ਬਲੀਏ ਗੋਡੇ ਤੇ ਜ਼ੁਬਾਨ ਜਾਮ ਕਰ ਦਿੰਨੇ ਆ ਲੈ ਜਾਂਦੇ ਹਵਾ ਜਿੱਦਾਂ ਪੱਖੇ ਬਲੀਏ ਗੋਡੇ ਤੇ ਜ਼ੁਬਾਨ ਜਾਮ ਕਰ ਦਿੰਨੇ ਆ ਲੈ ਹੈਲੋ ਗਾਇਸ, ਸਤਿ ਸ਼੍ਰੀ ਅਕਾਲ, ਨਮਸਤੇ ਐਵਰੀਵਨ, ਹਾਊ ਆਰ ਯੂ? ਉਮੀਦ ਕਰਤਾ ਹੂੰ ਕਿ ਆਪ ਸਭੀ ਲੋਕ ਠੀਕ ਠਾਕ ਹੋਂਗੇ। ਸੋ ਅੱਜ ਹੀ ਕਾਫੀ ਐਕਸਾਈਟਡ ਡੇਟ ਥਾ, ਆਜ 19 ਮਾਰਚ ਥੀ ਔਰ ਕ੍ਰੋਏਸ਼ੀਆ ਕੇ ਦਿਨ ਕੀ ਫਸਟ ਇੰਟਰਵਿਊ ਥੀ ਔਰ ਪਹਿਲੀ ਵਾਰ ਹੈ ਕਿ ਐਸੇ ਮੈਂ ਇਤਨੇ ਕਾਫੀ ਸਬਸਕ੍ਰਾਈਬਰ ਮੈਂ ਲੇ ਕਰ ਗਿਆ ਥਾ ਇੰਟਰਵਿਊ ਕੇ ਲੀਏ, ਕ੍ਰੋਏਸ਼ੀਆ ਕੇ ਲੀਏ। ਤੋ ਹਮਾਰੇ ਟੋਟਲ ਆਲਮੋਸਟ 18-19 ਆਲਮੋਸਟ ਸਬਸਕ੍ਰਾਈਬਰ ਯਹਾਂ ਪਰ ਆਏ ਥੇ। ਤੋ ਮੈਂ ਬਹੁਤ ਐਕਸਾਈਟਡ ਥਾ ਉਨਕੋ ਲੇ ਕਰ ਗਏ, ਕਾਫੀ ਜੋ ਡਿਫਰੈਂਟ ਡਿਫਰੈਂਟ ਵੈਕੈਂਸੀਜ਼ ਥੀ, ਜਿਸ ਮੇਂ ਸਿਕਿਉਰਿਟੀ ਗਾਰਡ ਵੀ ਹਮਾਰੇ ਥੇ, ਹਮਾਰੇ ਪਾਸ ਕੁੱਕ ਵੀ ਥੇ ਔਰ ਹਮਾਰੇ ਪਾਸ ਇਜਿਪਸ਼ੀਅਨ ਵੀ ਥੇ, ਇਜਿਪਸ਼ੀਅਨ ਸ਼ਟਰਿੰਗ ਕਾਰਪੈਂਟਰ। ਔਰ ਇੱਕ ਛੋਟੀ ਸੀ ਪ੍ਰੋਬਲਮ ਥੋੜ੍ਹਾ ਸਾ ਇਹ ਹੁਆ ਕਿ ਹਮਾਰਾ ਸ਼ਟਰਿੰਗ ਕਾਰਪੈਂਟਰ ਕਾ ਇੱਕ ਜੋ ਲੜਕਾ ਸਿਲੈਕਟ ਹੋ ਗਿਆ ਥਾ, ਉਸਕੀ ਸੈਲਰੀ ਉਨ੍ਹਾਂ €550 ਵੀ ਬਤਾ ਦੀ ਥੀ, ਉਸਕੋ ਸਿਲੈਕਟ ਕਰ ਲਿਆ, ਲੇਕਿਨ ਉਸਨੇ ਰਿਜੈਕਟ ਕਰ ਦਿਆ, ਆਪਣਾ ਪਾਸਵਰਡ ਵਾਪਸ ਲੈ ਲਿਆ ਉਧਰ ਸੇ, ਬੋਲਤਾ ਕਿ ਇਹ ਸੈਲਰੀ ਥੋੜ੍ਹੀ ਹੈ। ਔਰ ਹਮਾਰੇ ਜਿਤਨੇ ਵੀ ਬੰਦੇ ਥੇ, ਕਾਫੀ ਲੋਕੋਂ ਨੇ ਉਨਕੋ ਸਮਝਾਇਆ ਕਿ ਤੂੰ ਦੁਬਈ ਮੇਂ ਸਿਰਫ ਓਨਲੀ 20,000-25,000 ਕਮਾਤਾ ਹੋਗਾ, ਇੱਧਰ ਤੇਰੇ ਕੋ 45,000 ਮਿਲ ਰਿਹਾ, ਪਲੱਸ ਤੇਰੇ ਕੋ ਓਵਰ ਟਾਈਮ ਵੀ ਅਲੱਗ ਮਿਲੇਗਾ। ਤੋ ਲੇਕਿਨ ਉਸਨੇ ਆਈ ਥਿੰਕ ਯੂਰਪ ਕੀ ਵਜ੍ਹਾ ਉਸਨੇ ਉਸਕੋ ਬਹੁਤ ਬੜਾ ਸੋਚਾ ਹੋਗਾ, ਹਾਈ ਬਣਾ ਰੱਖੀ ਹੋਗੀ ਕਿ ਮੇਰੇ ਕੋ ਸ਼ਾਇਦ 80-90,000 ਕੋ ਸੈਲਰੀ ਮਿਲ ਜਾਏਗੀ, ਲੇਕਿਨ ਐਸਾ ਨਹੀਂ ਥਾ। ਕਿਉਂਕਿ ਹਮਨੇ ਉਸਕੋ ਬਤਾਇਆ ਵੀ ਥਾ ਕਿ ਅਭੀ ਜੋ ਮਾਲਟਾ ਮੇਂ ਇੱਕ ਆਮ ਬੰਦਾ ਜੋ ਨੋਰਮਲ 10-12 ਘੰਟੇ ਵੀ ਡਿਊਟੀ ਕਰਤਾ ਹੈ, ਉਸਕੋ 600 ਯੂਰੋ ਸੈਲਰੀ ਮਿਲਤੀ ਹੈ, ਔਰ ਇਹ ਸ਼ੈਂਗਨ ਕਾ ਪਾਰਟ ਨਹੀਂ ਹੈ ਕ੍ਰੋਏਸ਼ੀਆ, ਲੇਕਿਨ ਯੂਰਪ ਮੇਂ ਹੈ। ਤੋ ਨਹੀਂ ਸਮਝਾ। ਸੋ ਐਨੀਵੇ ਹਮਾਰਾ ਇੱਕ ਜੋ ਕੁੱਕ ਵੀ ਸਿਲੈਕਟਡ ਹੋ ਗਿਆ, ਤੁਸੀਂ ਪਤਾ ਚੱਲ ਗਿਆ ਥਾ, ਹੈਲਪਰ ਵੀ ਆਲਮੋਸਟ ਸਿਲੈਕਟ ਹੋ ਗਏ ਹੈ, ਅਭੀ ਜੋ ਸਿਕਿਉਰਿਟੀ ਗਾਰਡ ਕਿਤਨੇ ਸਿਲੈਕਟ ਹੋ ਗਏ ਵੋ ਮੇਰੇ ਕੋ ਕੱਲ ਅਪਡੇਟ ਹੋਗੀ। ਕਿ ਹਮਾਰੇ ਜੋ 18 ਕਲਾਇੰਟਸ ਗਏ ਥੇ, ਸਬਸਕ੍ਰਾਈਬਰ ਗਏ ਥੇ, ਔਰ ਉਨਕੇ ਸਾਥ ਹਮਕੋ ਕਿਤਨੇ ਬੰਦੇ ਹਮਾਰੇ ਸਿਲੈਕਟ ਹੋਏ ਔਰ ਕਿਤਨੇ ਰਿਜੈਕਟ ਹੋਏ, ਇਸਕੀ ਮੈਂ ਅਪਡੇਟ ਕੱਲ ਬਤਾਊਂਗਾ। ਲੇਕਿਨ ਮੈਂ ਅੱਜ ਇਸ ਵੀਡੀਓ ਮੈਂ ਆਪਕੋ ਸ਼ੋਅ ਕਰਨੇ ਵਾਲਾ ਹੂੰ ਕੈਸੇ ਵੋ ਵਹਾਂ ਪਰ ਇੰਟਰਵਿਊ ਲੇਤੇ ਹੈ, ਕੈਸੇ ਵੋ ਕਿਤਨੇ ਆਦਮੀ ਉਧਰ ਇਕੱਠੇ ਹੋਏ ਥੇ, ਮੈਨੇ ਕਾਫੀ ਸ਼ੋਟ ਲੀਏ ਥੇ, ਔਰ ਇਸ ਵੀਡੀਓ ਮੈਂ ਦਿਖਾਊਂਗਾ ਮੈਂ ਆਪਕੋ ਹਮਨੇ ਜਿਤਨੇ ਸ਼ੋਟ ਲੀਏ ਥੇ, ਥੋੜ੍ਹੀ ਬਹੁਤੀ ਹਮਨੇ ਵੀਡੀਓ ਵੀ ਬਣਾਈ ਥੀ, ਕੈਸੇ ਹਮ ਇਕੱਠੇ ਹੋਏ ਇਧਰ, ਔਰ ਕਿਤਨੇ ਕਿਤਨੇ ਹਮਾਰੇ ਮੈਨੇ ਪਿਕਚਰ ਵੀ ਹਮਾਰੇ ਜੋ ਸਬਸਕ੍ਰਾਈਬਰ ਕੇ ਲਈ ਥੀ, ਔਰ ਦੂਸਰੇ ਹਮਾਰੇ ਦਿੱਲੀ ਸੇ ਦੋ ਸਬਸਕ੍ਰਾਈਬਰ ਥੇ, ਵੋ ਕੁੱਕ ਥੇ, ਵੋ ਵੀ ਸਿਲੈਕਟ ਹੋ ਗਏ ਥੇ, ਲੇਕਿਨ ਪ੍ਰੋਬਲਮ ਥਾ ਵੋ ਆਲਰੇਡੀ ਹਾਈ ਪੇਡ ਸੈਲਰੀ ਥੇ, ਮਤਲਬ ਕਿ ਦਿੱਲੀ ਮੇਂ ਆਲਰੇਡੀ ਉਨਕੀ ਜੋ ਸੈਲਰੀ ਹੈ 40,000 ਪਲੱਸ ਥੀ, ਕਿਉਂਕਿ ਵੋ ਚਾਹਤੇ ਥੇ ਕਿ ਉਨਕੀ ਸੈਲਰੀ ਮੈਕਸੀਮਮ ਮੇਂ ਵੀ 800 ਯੂਰੋ ਜਾਂ 1,000 ਯੂਰੋ ਕੇ ਅੰਡਰ ਮੇਂ ਹੋ, ਲੇਕਿਨ ਐਸਾ ਨਹੀਂ ਥਾ। ਸੋ ਲੇਕਿਨ ਉਹਨਾਂ ਨੇ ਵੀ ਬੈਕ ਡਾਊਨ ਕਰ ਦਿਆ, ਵੋ ਵੀ ਸਿਲੈਕਟ ਥੇ। ਤੋ ਅੱਜ ਹਮਾਰੇ 3 ਸਬਸਕ੍ਰਾਈਬਰ ਥੇ, ਵੋ ਆਲਰੇਡੀ ਸਿਲੈਕਟ ਹੋ ਚੁੱਕੇ ਥੇ, ਲੇਕਿਨ ਉਨਕੋ ਜੋ ਵੋ ਸੈਲਰੀ ਅਮਾਊਂਟ ਥਾ ਵੋ ਸਹੀ ਨਹੀਂ ਲਗਾ, ਤੋ ਉਹਨਾਂ ਨੇ ਬੈਕ ਡਾਊਨ ਕਰ ਲਿਆ, ਤੋ ਉਹਨਾਂ ਨੇ ਮਤਲਬ ਆਪਣਾ ਪਾਸਵਰਡ ਵਾਪਸ ਲੈ ਲਿਆ। ਤੋ ਮੈਨੇ ਬੋਲਾ ਨੋ ਪ੍ਰੋਬਲਮ, ਇੰਦਾ ਹਾਓ ਕਿ ਜਬ ਵੀ ਹਮਾਰੇ ਪਾਸ ਕੋਈ ਆਏਗੀ ਤੋ ਹਮ ਅਪਡੇਟ ਕਰੇਂਗੇ। ਸੋ 3 ਪਾਸਵਰਡ ਤੋਂ ਵਾਪਸ ਆ ਚੁੱਕੇ, 15 ਪਾਸਵਰਡ ਲੱਗੇ ਹੈ, ਤੋ ਦੇਖਤੇ ਹੈ ਕਿਤਨੇ ਹਮਾਰੇ ਸਬਸਕ੍ਰਾਈਬਰ ਸਿਲੈਕਟ ਹੋਏ ਹੋਏ ਹੈ। ਹਮਨੇ ਤੋ ਕਾਫੀ ਜ਼ੋਰ ਲਗਾਇਆ, ਉਨਕੋ ਗਾਈਡ ਵੀ ਕਿਹਾ, ਸਭ ਕੁਛ ਬਤਾਇਆ। ਤੋ ਆਜ ਆਪ ਇਸ ਵੀਡੀਓ ਮੇਂ ਦੇਖੇਂਗੇ ਕਿ ਕੈਸੇ ਹਮਨੇ ਛੋਟੀ ਮੋਟੀ ਜੋ ਕਲਿਪ ਹੈ, ਕੈਸੇ ਵੋ ਪ੍ਰੋਸੈਸ ਕਰਤੇ ਹੈ, ਕੈਸੇ ਮੈਂ ਉਨਕੋ ਵੀਡੀਓ ਐਡਿਟ ਕਰਕੇ ਬਤਾਊਂਗਾ ਕਿ ਕਿਤਨੇ ਹਮਾਰੇ ਬੰਦੇ ਇਕੱਠੇ ਹੋਏ ਥੇ। ਤੋ ਹੋਪਫੁਲੀ ਆਪ ਮੇਰੀ ਇਹ ਵੀਡੀਓ ਜੋ ਇਸਕੇ ਬਾਅਦ ਸਟਾਰਟ ਹੋਗੀ, ਇਸਕੋ ਇੰਜੋਏ ਕਰੇਂਗੇ। ਸੋ ਐਸੇ ਹੀ ਮੇਰੇ ਚੈਨਲ ਪਰ ਬਨੇ ਰਹੇ, ਲਾਈਕ ਕਰੇਂ, ਸ਼ੇਅਰ ਕਰੇਂ, ਸਬਸਕ੍ਰਾਈਬ। ਇਹ ਕਰਾ
ਆਸਣ ਹੋ ਆਪਾਂ ਨੀ ਅੰਬਾਨੀ ਵੇਲੇ ਗੇਟ ਬਣਾਂਗੇ ਮੋਦੀ ਤੱਕ ਭਾਵੇਂ ਅਪਰੋਚ ਰੱਖੀਐ ਹੋਵੇ ਨਾ ਜਾਂ ਹੋਵੇ ਤਾਂ ਉਹਦੀ ਮਰਜ਼ੀ ਆਪਣੇ ਵੱਲੋਂ ਤਾਂ ਪੂਰੀ ਸੋਚ ਰੱਖੀਐ।